ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੇ ਆਂ ਜੀ ਪ੍ਰੋਗਰਾਮ ਡਾਇਰੈਕਟ ਟਾਕ ਲੈ ਕੇ ਮੈਂ ਤੁਹਾਡਾ ਆਪਣਾ ਦਲਜੀਤ ਹਾਜ਼ਰ ਆਂ ਡਾਇਰੈਕਟ ਟਾਕ ਯਾਨੀ ਕਿ ਸਿੱਧੀ ਗੱਲ ਕਿਸੇ ਵੀ ਵਿਸ਼ੇ ਦੇ ਉੱਤੇ ਸਿੱਧੀ ਗੱਲਬਾਤ ਖੁੱਲ ਕੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਹੁੰਨੇ ਆ ਅੱਜ ਦੀ ਚਰਚਾ ਹੈ ਜੀ ਸੀਐਮ ਭਗਵੰਤ ਮਾਨ ਹੋਰਾਂ ਦੇ ਨਾਲ ਸਬੰਧਤ ਇੱਕ ਖਬਰ ਦੀ ਤੇ ਫਿਰ ਚਰਚਾ ਕਿਉਂ ਨਾ ਹੋਵੇ ਅੱਜ ਸੋਸ਼ਲ ਮੀਡੀਆ ਅਤੇ ਟੀਵੀ ਚੈਨਲ ਸਵੇਰ ਤੋਂ ਇੱਕੋ ਹੀ ਖਬਰ ਦੇ ਨਾਲ ਭਰੇ ਹੋਏ ਨਜ਼ਰ ਆ ਰਹੇ ਨੇ ਇਹ ਖਬਰ ਹੈ ਜੀ ਭਗਵੰਤ ਮਾਨ ਹੋਰਾਂ ਦੇ ਵਿਆਹ ਦੀ ਜੀ ਹਾਂ ਦੋਸਤੋ ਬਹੁਤੀਆਂ ਕਿਆਸਰਾਈਆਂ ਜਾਂ ਫਿਰ ਅਫਵਾਹਾਂ ਨੂੰ ਤੂਲ ਮਿਲਣ ਤੋਂ ਪਹਿਲਾਂ ਹੀ ਸੀਐਮ ਭਗਵੰਤ ਮਾਨ ਹੋਰਾਂ ਨੇ ਬਹੁਤਾ ਲੰਬਾ ਸਮਾਂ ਨਾ ਪਾਉਂਦਿਆਂ ਹੋਇਆਂ ਅੱਜ ਅਨਾਉਂਸ ਕਰ ਦਿੱਤਾ ਹੈ ਕਿ ਅਗਲੇ ਦਿਨ ਯਾਨੀ ਕਿ 7 ਜੁਲਾਈ ਨੂੰ ਉਹ ਵਿਆਹ ਬੰਧਨ ਵਿੱਚ ਵੱਜਣ ਜਾ ਰਹੇ ਨੇ ਆਮ ਤੌਰ ਤੇ ਹੁੰਦਾ ਹੈ ਕਿ ਸਾਲ-ਸਾਲ ਪਹਿਲਾਂ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋਣ ਲੱਗ ਪੈਂਦੀਆਂ ਜੇ ਬਹੁਤੀ ਲੰਬੀ ਗੱਲ ਨਾ ਕਰੀਏ ਤਾਂ ਤਕਰੀਬਨ 2-3 ਮਹੀਨੇ ਦਾ ਸਮਾਂ ਘਰ ਦੇ ਵਿੱਚ ਪੈਂਦਾ ਜਦੋਂ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ ਸਾਜੋ ਸਮਾਨ ਜੋੜਿਆ ਜਾਂਦਾ ਹੈ ਬਹੁਤ ਸਾਰਾ ਕੁਝ ਹੁੰਦਾ ਹੈ ਟੈਂਟ ਵਾਲਿਆਂ ਨੂੰ ਬੁੱਕ ਕਰਨਾ ਹੁੰਦਾ ਹੈ ਹਲਵਾਈ ਬੁੱਕ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਡੀਜੇ ਜਾਂ ਫਿਰ ਹੋਰ ਜਿਹੜੇ ਸਾਜੋ ਸਮਾਨ ਕੱਪੜਿਆਂ ਦੀ ਸ਼ਾਪਿੰਗ ਹੁੰਦੀ ਹੈ ਪਰ ਭਗਵੰਤ ਮਾਨ ਹੋਰਾਂ ਨੇ ਸਿਆਣਪ ਵਰਤਦਿਆਂ ਹੋਇਆ ਤਾਂ ਕਿ ਇਸ ਮਸਲੇ ਨੂੰ ਉਹਨਾਂ ਦਾ ਪਰਿਵਾਰਕ ਮਸਲਾ ਇਹਨੂੰ ਜ਼ਿਆਦਾ ਤੂਲ ਨਾ ਮਿਲੇ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਨਾ ਵੜਨ ਇਸ ਕਰਕੇ ਉਹਨਾਂ ਨੇ ਬਹੁਤਾ ਸਮਾਂ ਨਹੀਂ ਪਾਇਆ ਵਿੱਚ ਸੋ ਅਗਲੇ ਦਿਨ ਹੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਯਾਨੀ ਕਿ ਇੱਕ ਦਿਨ ਪਹਿਲਾਂ ਅਨਾਉਂਸ ਕਰਦੇ ਨੇ ਕਿ ਅਗਲੇ ਦਿਨ ਉਹ ਵਿਆਹ ਕਰਨ ਜਾ ਰਹੇ ਆ ਸੀਐਮ ਭਗਵੰਤ ਮਾਨ ਹੋਰਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਦੇ ਪਿਛੋਕੜ ਵੱਲ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਜੀ ਹਾਂ ਦੋਸਤੋ ਸੀਐਮ ਭਗਵੰਤ ਮਾਨ ਜੋ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਚੁਣਿਆ ਜਾਂਦਾ ਹੈ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ 17ਵੇਂ ਮੁਖੀ ਯਾਨੀ ਕਿ 17ਵੇਂ ਮੁੱਖ ਮੰਤਰੀ ਇਸ ਵळे ਪੰਜਾਬ ਦੇ ਬਣੇ ਹੋਏ ਨੇ ਭਗਵੰਤ ਮਾਨ ਹੋਰੀ ਸਰਕਾਰ ਬਣਿਆ ਨੂੰ ਤਕਰੀਬਨ 3 ਮਹੀਨੇ ਹੋ ਚੁੱਕੇ ਨੇ ਇੱਕ ਤੀਜੇ ਬਦਲ ਦੇ ਰੂਪ ਦੇ ਵਿੱਚ ਇਸ ਸਰਕਾਰ ਨੂੰ ਦੇਖਿਆ ਗਿਆ ਸੋ ਜਿਸ ਦਿਨ ਦੀ ਸਰਕਾਰ ਬਣ ਕੇ ਜਿਹੜੀ ਆ ਉਹ ਸਾਹਮਣੇ ਆਈ ਹੈ ਉਸ ਦਿਨ ਦਾ ਉਹਨਾਂ ਦੇ ਉੱਤੇ ਨਿਸ਼ਾਨੇ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਸਾਦੇ ਜਾ ਰਹੇ ਨੇ ਖੈਰ ਜਿਹੜੀ ਪੋਲੀਟੀਕਲ ਗੱਲਾਂ ਤੋਂ ਉੱਪਰ ਉੱਠ ਕੇ ਉਹਨਾਂ ਦੀ अर्ਲੀ ਲਾਈਫ ਬਾਰੇ ਗੱਲ ਕਰੀਏ ਤਾਂ 1973 ਦੀ 17 ਅਕਤੂਬਰ ਨੂੰ ਜਨਮ ਹੁੰਦਾ ਹੈ ਭਗਵੰਤ ਮਾਨ ਹੋਰਾਂ ਦਾ ਸੋ ਇੱਕ ਕਾਮੇਡੀਅਨ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਸਟੱਡੀ ਕਰਦੇ ਨੇ ਸੋ ਉੱਥੋਂ ਹੀ ਉਹ ਇੱਕ ਕਮੇਡੀਅਨ ਇੱਕ ਗਾਇਕ ਦੇ ਰੂਪ ਦੇ ਵਿੱਚ ਆਪਣੀ ਸ਼ੁਰੂਆਤ ਕਰਦੇ ਨੇ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ ਸੋ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਇੱਕ ਕਮੇਡੀਅਨ ਦੇ ਰੂਪ ਦੇ ਵਿੱਚ ਐਕਟਿੰਗ ਜਿਹੜੀ ਹੈ ਉਹ ਕੀਤੀ ਸੋ ਉਸ ਤੋਂ ਬਾਅਦ ਜਿਹੜਾ ਬਹੁਤਾ ਚਰਚਾ ਦਾ ਵਿਸ਼ਾ ਉਹਨਾਂ ਦਾ ਬਣਿਆ ਯਾਨੀ ਕਿ ਉਹ ਚਰਚਾ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਦੀ ਇੱਕ ਕੈਸੇਟ ਜਿਹੜੀ ਕਮੇਡੀ ਦੇ ਨਾਲ ਭਰਪੂਰ ਕੈਸੇਟ ਸੀ ਜਿਸ ਦਾ ਨਾਮ ਸੀ ਕੁਲਫੀ ਗਰਮਾ ਗਰਮ ਇਸ ਕੈਸਟ ਦੇ ਨਾਲ ਉਹ ਚਰਚਾ ਦੇ ਵਿੱਚ ਆਏ ਕਿਉਂਕਿ ਇਸ ਕੈਸਟ ਦੀ ਸਾਰੀ ਕਮੇਡੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਸਿਸਟਮ ਦੇ ਉੱਤੇ ਵਿਅੰਗਮਈ ਜਿਹੜੇ ਤਾਨੇ ਕੱਸੇ ਗਏ ਸੀ ਉਹ ਇਸ ਕੈਸਟ ਦੇ ਵਿੱਚ ਸੀਗੇ ਸੋ ਕਿਤੇ ਨਾ ਕਿਤੇ ਉਸ ਦਿਨ ਤੋਂ ਲੱਗਦਾ ਸੀ ਕਿ ਸ਼ਾਇਦ ਭਗਵੰਤਮਾਨ ਹੋਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਜਾ ਸਕਦੇ ਨੇ ਤੇ ਕੋਈ ਸੁਧਾਰ ਦੇ ਕੰਮ ਵੀ ਕਰ ਸਕਦੇ ਨੇ ਸੋ ਕਿਤੇ ਨਾ ਕਿਤੇ ਝਲਕੀਆਂ ਉਸ ਕੈਸਟ ਦੇ ਵਿੱਚੋਂ ਜਿਹੜੇ ਵਿਅੰਗ ਸੀ ਰਾਜਨੀਤਿਕਾਂ ਦੇ ਉੱਤੇ ਉਸ ਤੋਂ ਇਹ ਮਹਿਸੂਸ ਹੁੰਦਾ ਸੀ ਸੋ ਕੁਲਫੀ ਗਰਮਾ ਗਰਮ ਤੋਂ ਬਾਅਦ ਜਦੋਂ ਜਗਨੂ ਕਹਿੰਦਾ ਹੈ ਜਾਂ ਫਿਰ ਜਗਨੂ ਦੇ ਨਾਮ ਨਾਲ ਜਿਹੜਾ ਹੈ ਭਗਵੰਤ ਮਾਨ ਹੋਰਾਂ ਨੇ ਬਹੁਤ ਸਾਰੇ ਜਿਹੜੇ ਐਪੀਸੋਡ ਕੀਤੇ ਵੱਖ-ਵੱਖ ਕੰਪਨੀਆਂ ਦੇ ਨਾਲ ਕੰਮ ਕੀਤਾ ਮੌਜੂਦਾ ਸਮੇਂ ਦੇ ਦੌਰ ਦੇ ਵਿੱਚ ਪੰਜਾਬੀ ਫਿਲਮਾਂ ਦੀ ਜਦੋਂ ਸ਼ੁਰੂਆਤ ਦੁਬਾਰਾ ਹੁੰਦੀ ਹੈ ਤਾਂ ਇੱਕ ਵਾਰ ਫਿਰ ਜਿਹੜੇ ਭਗਵੰਤ ਮਾਨ ਹੋਰੀ ਇਹਨਾਂ ਫਿਲਮਾਂ ਦੇ ਵਿੱਚ ਦਿਖਾਈ ਦਿੱਤੇ ਪਰ ਉਹਨਾਂ ਨੇ ਆਪਣੀ ਇੱਕ ਕਾਮੇਡੀਅਨ ਦਾ ਜਿਹੜਾ ਕੈਰੀਅਰ ਇੱਕ ਫੀਲਡ ਨੂੰ ਛੱਡ ਦਿਆਂ ਹੋયા ਯਾਨੀ ਕਿ ਉੱਥੋਂ ਅਸਲੀਫਾ ਦਿੰਦਿਆਂ ਹੋયા ਪੋਲਟਿਕਸ ਪੰਜਾਬ ਦੀ ਪੋਲਟਿਕਸ ਨੂੰ ਜਿਹੜਾ ਹੈ ਆਪਣਾ ਭਵਿਕ ਚੁਣਿਆ 2011 ਦੇ ਵਿੱਚ ਪੀਪਲ ਪਾਰਟੀ ਜੋ ਕਿ ਮਨਪ੍ਰੀਤ ਬਾਦਲ ਹਰਾਂ ਵੱਲੋਂ ਬਣਾਈ ਗਈ ਸੀ ਸਭ ਤੋਂ ਪਹਿਲਾਂ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਭਗਵੰਤ ਮਾਨ ਹੋਰੀ ਸੋ ਇੱਥੇ ਗੱਲ ਇਹ ਰਹੀ ਕਿ ਉਹ ਜਿਹੜੀ ਪੀਪਲ ਪਾਰਟੀ ਹੈ ਉਹ ਬਹੁਤੀ ਕਾਮਯਾਬ ਨਾ ਹੋਣ ਕਰਕੇ ਉਹਨੂੰ ਭੰਗ ਕਰ ਦਿੱਤਾ ਗਿਆ ਤੇ ਜਿਹੜੇ ਮਨਪ੍ਰੀਤ ਬਾਦਲ ਨੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਸੇ ਤਰ੍ਹਾਂ ਭਗਵੰਤ ਮਾਨ ਹੋਰੀ ਨਰਾਸ਼ ਹੋ ਕੇ ਘਰ ਬੈਠ ਜਾਂਦੇ ਨੇ ਪਰ ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚਰਚਾ ਚਾਉਂਦੀ ਹੈ ਤਾਂ ਭਗਵੰਤ ਮਾਨ ਹੋਰੀ ਜਿਹੜੇ ਆ ਉਹਨਾਂ ਦਾ ਛੁਕਾ ਜਿਹੜਾ ਆ ਆਮ ਆਦਮੀ ਪਾਰਟੀ ਵੱਲ ਹੋਣਾ ਉਸੇ ਵੇਲੇ ਹੀ ਸ਼ੁਰੂ ਹੋ ਜਾਂਦਾ ਹੈ 2014 ਦੇ ਵਿੱਚ ਉਹ ਜੁਆਇਨ ਕਰ ਲੈਂਦੇ ਨੇ ਅਫੀਸ਼ੀਅਲ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤਾਂ ਫਿਰ ਉਹ ਦੌਰ ਸ਼ੁਰੂ ਹੁੰਦਾ ਹੈ ਜਦੋਂ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਕੋਈ ਵੀ ਦੋਰਅਈ ਨਹੀਂ ਕਿ ਭਗਵੰਤ ਮਾਨ ਹੋਰਾਂ ਦਾ ਪੰਜਾਬ ਦੇ ਵਿੱਚ ਜੇਕਰ ਕਈ ਆਮ ਆਦਮੀ ਪਾਰਟੀ ਦੇ ਪੈਰ ਲਵਾਉਣ ਦੇ ਵਿੱਚ ਇੱਕ ਖਾਸ ਭੂਮਿਕਾ ਦੱਸੀ ਜਾਂਦੀ ਹੈ ਕਿਉਂਕਿ ਇੱਕ ਕਮੇਡੀਅਨ ਇੱਕ ਐਕਟਰ ਹੋਣ ਦੇ ਨਾਤੇ ਇੱਕ ਵਧੀਆ ਬੁਲਾਰੇ ਤਾਂ ਹੈ ਹੀ ਸੀ ਫਿਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਵਿਅੰਗਮਈ ਜਿਹੜੇ ਤੰਜ ਕਸਣੇ ਸੋ ਇਹ ਵਿਸ਼ੇਸ਼ ਰੂਪ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਆ ਜਦੋਂ ਅਕਾਲੀ ਦਲ ਬਾਦਲ ਦੇ ਨੁਮਾਇੰਦਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਸੁਖਵੀਰ ਬਾਦਲ ਹੋਰਾਂ ਦੇ ਉੱਤੇ ਜਦੋਂ ਤੰਜ ਕਸਦੇ ਰਹੇ ਨੇ ਸੋ ਇਹਨਾਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਕਰਕੇ ਰਾਤੋਂ ਰਾਤ ਚਰਚਾ ਦੇ ਵਿੱਚ ਭਗਵੰਤ ਮਾਨ ਹੋਰੀ ਆਉਂਦੇ ਨੇ ਸੋ ਬਹੁਤੀ ਧੀਰ ਨਾਲ ਲੱਗਦੇ ਹੋਇਆ ਉਹ ਇੱਕ ਵਾਰ ਐਮਪੀ ਚੁਣੇ ਜਾਂਦੇ ਨੇ ਸੰਗਰੂਰ ਤੋਂ ਐਮਪੀ ਚੁਣੇ ਜਾਂਦੇ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਉਸ ਤੋਂ ਬਾਅਦ ਅਗਲੀ ਟਰਮ ਦੇ ਵਿੱਚ ਉਹ ਫੇਰ ਤੋਂ ਐਮਪੀ ਚੁਣੇ ਗਏ ਯਾਨੀ ਕਿ ਦੋ ਵਾਰ ਐਮਪੀ ਰਹਿਣ ਤੋਂ ਬਾਅਦ ਸੋ ਇਸ ਵਾਰ ਜਦੋਂ 2022 ਦੇ ਵਿੱਚ ਇਹ ਚੋਣਾ ਹੁੰਦੀਆਂ ਨੇ ਤਾਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਭਗਵੰਤ ਮਾਨ ਹੋਰੀ ਸੋ ਇਹ ਉਹਨਾਂ ਦੀ ਸੰਖੇਪ ਝਾਤ ਹੈ ਉਹਨਾਂ ਦੀ ਜੀਵਨ ਤੇ ਜੇਕਰ ਉਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤਾਂ ਜਿਦੋਂ ਤੋਂ ਤਕਰੀਬਨ 6 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਜਿਹੜੇ ਅਮਰੀਕਾ ਦੇ ਵਾਸੀ ਨੇ ਉਹਨਾਂ ਨੂੰ ਤਲਾਕ ਦੇ ਕੇ ਅਮਰੀਕਾ ਵਾਪਸ ਚਲੇ ਜਾਂਦੇ ਨੇ ਆਪਣੇ ਦੋ ਬੱਚਿਆਂ ਦੇ ਨਾਲ ਸੋ ਜਦੋਂ ਉਸ ਵੇਲੇ ਪੁੱਛਿਆ ਗਿਆ মিডিਆ ਵੱਲੋਂ ਵੀ ਇਹ ਗੱਲਾਂ ਜਿਹੜੀਆਂ ਸਵਾਲ ਪੁੱਛੇ ਗਏ ਭਗਵੰਤ ਮਾਨ ਹੋਰਾਂ ਨੂੰ ਵੀ ਉਸ ਵਾਰ ਉਹਨਾਂ ਦੀ ਜਿਹੜੀ ਸਾਬਕਾ ਪਤਨੀ ਹੈ ਉਹਨਾਂ ਨੂੰ ਵੀ ਜਦੋਂ ਪੁੱਛਿਆ ਜਾਂਦਾ ਜਿਹੜੀ ਉਹਨਾਂ ਦੀ ਐਕਸ ਵਾਈਫ ਹੈ ਕੇ ਕਾਰਨ ਕੀ ਰਹੇ ਤਲਾਕ ਤੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਭਗਵੰਤ ਮਾਨ ਹੋਰੀ ਆਪਣੀ ਪੋਲੀਟੀਕਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਰੁੱਝ ਗਏ ਨੇ ਉਹਨਾਂ ਦਾ ਧਿਆਨ ਜਿਹੜਾ ਹੈ ਜਾਂ ਫਿਰ ਇਹ ਕਹੀ ਹੈ ਕਿ ਉਹ ਘਰ ਨੂੰ ਸਮਾਂ ਨਹੀਂ ਦੇ ਪਾਉਂਦੇ ਸੋ ਇਹ ਸ਼ਾਇਦ ਕਾਰਨ ਰਹੇ ਹੋਣ ਬਾਕੀ ਹੋਰ ਵੀ ਕਾਰਨ ਹੋ ਸਕਦੇ ਆ ਪਰ ਮੀਡੀਆ ਦੇ ਵਿੱਚ ਇਹ ਕਾਰਨ ਜਿਹੜੇ ਨੇ ਪ੍ਰਚਲਿਤ ਰਹੇ ਆ ਸੋ ਅੱਜ ਤੋਂ 6 ਸਾਲ ਪਹਿਲਾਂ ਇਹ ਜਦੋਂ ਘਟਨਾ ਵਾਪਰਦੀ ਹੈ ਤਲਾਕ ਹੋ ਜਾਂਦਾ ਹੈ ਤਾਂ ਉਹਨਾਂ ਦੀ ਪਤਨੀ ਇੰਦਰਜੀਤ ਕੌਰ ਤੇ ਨਾਲ ਦੋ ਬੱਚੇ ਅਮਰੀਕਾ ਚਲੇ ਜਾਂਦੇ ਨੇ ਸੁਪਗੰਤਮਾਨ ਹੋਰਾਂ ਦਾ ਪੋਲਿਟਿਕਲ ਕੈਰੀਅਰ ਇਸੇ ਤਰ੍ਹਾਂ ਅੱਗੇ ਵਧਦਾ ਜਾਂਦਾ ਦਿਨ ਰਾਤ ਪ੍ਰਚਾਰ ਹੁੰਦਾ ਹੈ ਸੋ ਉਹਨਾਂ ਦੇ ਘਰ ਦੇ ਵਿੱਚ ਜੇਕਰ ਦੱਸਤੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਨਾਲ ਰਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਜੋ ਸਿਸਟਰ ਹੈ ਉਹਨਾਂ ਦੀ ਭੈਣ ਹੈ ਉਹਨਾਂ ਦੇ ਨਾਲ ਉਹਨਾਂ ਦਾ ਕਾਫੀ ਲਗਾਏ ਤੇ ਜੇਕਰ ਗੱਲ ਕਰੀਏ ਉਹਨਾਂ ਦੇ ਪਿਤਾ ਦੀ ਤਾਂ ਬਹੁਤ ਲੰਬਾ ਸਮਾਂ ਪਹਿਲਾਂ ਉਹਨਾਂ ਦਾ ਦੇਹਾਂਤ ਜਿਹੜਾ ਹੈ ਉਹ ਹੋ ਚੁੱਕਿਆ ਹੁਣ ਗੱਲ ਕਰੀਏ ਕੰਟਰੋਵਰਸੀ ਦੀ ਭਗਵੰਤਮਾਨ ਹੋਰਾਂ ਦੇ ਨਾਲ ਲੰਬੇ ਸਮੇਂ ਤੋਂ ਇੱਕ ਕੰਟਰੋਵਰਸੀ ਜਿਹੜੀ ਆ ਉਹ ਜੁੜਦੀ ਆ ਰਹੀ ਹੈ ਉਹ ਸ਼ਰਾਬ ਨੂੰ ਅਲਕੋਹਲ ਨੂੰ ਲੈ ਕੇ ਆ ਬਹੁਤ ਵਾਰ ਉਹਨਾਂ ਨੂੰ ਦੇਖਿਆ ਵੀ ਗਿਆ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਇਤਰਾਜ਼ਯੋਗ ਹਾਲਤ ਸ਼ੱਕੀ ਹਾਲਤ ਦੇ ਵਿੱਚ ਆਪਾਂ ਕਹਾਂਗੇ ਕਿਉਂਕਿ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਆਮ ਤੌਰ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਇਸ ਤਰ੍ਹਾਂ ਦੇਖਿਆ ਗਿਆ ਸ਼ਾਇਦ ਉਹ ਕਿਤੇ ਨਸ਼ੇ ਦੀ ਹਾਲਤ ਦੇ ਵਿੱਚ ਹੋਣ ਸੋ ਅਲਕੋਹਲ ਨੂੰ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਬਹੁਤ ਵਾਰ ਭੰਡਿਆ ਵੀ ਜਾਂਦਾ ਰਿਹਾ ਤੇ ਬਹੁਤ ਵਾਰ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਹੋਰਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਸੋ ਸ਼ਰਾਬ ਨੂੰ ਲੈ ਕੇ ਕੰਟਰੋਵਰਸੀ ਦੇ ਵਿੱਚ ਰਹੇ ਜਦੋਂ ਤਲਾਕ ਹੁੰਦਾ ਤਾਂ ਇਹ ਵੀ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਕਿ ਸ਼ਾਇਦ ਇੱਕ ਸ਼ਰਾਬ ਹੀ ਵਜਾ ਰਹੀ ਹੋਵੇਗੀ ਕਿ ਭਗਵੰਤ ਮਾਨ ਹੋਰਾਂ ਦਾ ਤਲਾਕ ਉਹਨਾਂ ਦੀ ਪਤਨੀ ਦੇ ਨਾਲ ਹੋ ਗਿਆ ਖੈਰ ਇੱਕ ਸਟੇਜ ਤੋਂ ਜਿਹੜਾ ਇੱਕ ਆਫੀਸ਼ਲ ਆਮ ਆਦਮੀ ਪਾਰਟੀ ਦੀ ਸਟੇਜ ਤੋਂ ਉਹਨਾਂ ਨੇ ਅਨਾਉਂਸ ਵੀ ਇੱਕ ਵਾਰ ਕੀਤਾ ਸੀ ਕਿ ਅੱਜ ਤੋਂ ਉਹ ਅਲਕੋਹਲ ਦਾ ਕੁਇਟ ਕਰਦੇ ਨੇ ਯਾਨੀ ਕਿ ਅੱਜ ਤੋਂ ਉਹ ਸ਼ਰਾਬ ਛੱਡ ਰਹੇ ਨੇ ਪਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜੜੀਆਂ ਨੇ ਉਹ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਂਦੀਆਂ ਰਹੀਆਂ ਸੋ ਹੁਣ ਮੌਜੂਦਾ ਸਮੇਂ ਦੀ ਜਦੋਂ ਗੱਲ ਕਰਦੇ ਆ ਤਾਂ तकरीबन 3 ਮਹੀਨੇ ਪਹਿਲਾਂ ਸਰਕਾਰ ਬਣਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਉਸ ਵੇਲੇ ਇੱਕ ਵਰਤਾਰਾ ਇਸ ਤਰ੍ਹਾਂ ਦਾ ਹੋਇਆ ਕਿ ਅਮਰੀਕਾ ਤੋਂ ਭਗਵੰਤ ਮਾਨ ਹੋਰਾਂ ਦੇ ਜੋ ਐਕਸ ਵਾਈਫ ਹੈ ਉਹਨਾਂ ਦੇ ਜੋ ਬੱਚੇ ਨੇ ਯਾਨੀ ਕਿ ਭਗਵੰਤ ਮਾਨ ਹੋਰਾਂ ਦੇ ਦੋਨੋਂ ਬੱਚੇ ਆਪਣੇ ਫਾਦਰ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਉਂਦੇ ਨੇ ਜਦੋਂ ਪੰਜਾਬ ਆਉਂਦੇ ਨੇ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਨੇ ਮੀਡੀਆ ਨੂੰ ਬਿਆਨ ਦਿੰਦੇ ਨੇ ਬਹੁਤ ਖੁਸ਼ ਨਜ਼ਰ ਆਉਂਦੇ ਨੇ ਉਹਨਾਂ ਦੇ ਦੋਨੇ ਬੱਚੇ ਮੁਬਾਰਕਾਂ ਦਿੱਤੀਆਂ ਗਈਆਂ ਪੰਜਾਬ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ ਸੋ ਉਸ ਵੇਲੇ ਇੱਕ ਬਿਆਨ ਹੋਰ ਵੀ ਆਉਂਦਾ ਹੈ ਉਹਨਾਂ ਦੀ ਪਤਨੀ ਦਾ ਕਿ ਉਹ ਉਹਨਾਂ ਦੀਆਂ ਦੁਆਵਾਂ ਦੇ ਵਿੱਚ ਨੇ ਹਮੇਸ਼ਾ ਜਿਹੜੇ ਸੀਐਮ ਭਗਵੰਤ ਮਾਨ ਜਿਹੜੇ ਭਗਵੰਤ ਮਾਨ ਨੇ ਸੋ ਉਹਨਾਂ ਦੀਆਂ ਦੁਆਵਾਂ ਦੇ ਵਿੱਚ ਹਮੇਸ਼ਾ ਨੇ ਜਦੋਂ ਵਰਤਾਰਾ ਇਸ ਤਰ੍ਹਾਂ ਦਾ ਹੋਇਆ ਸੀ ਤਾਂ ਆਮ ਤੌਰ ਦੇ ਉੱਤੇ ਹਰ ਕੋਈ ਇਹ ਸੋਚਣ ਲਈ ਸ਼ਾਇਦ ਪਰਸਨਲੀ ਤੌਰ ਦੇ ਉੱਤੇ ਹਰ ਕੋਈ ਸੋਚਣ ਲਈ ਮਜਬੂਰ ਹੋ ਗਿਆ ਸੀ ਕਿ ਸ਼ਾਇਦ ਹੁਣ ਪੁਰਗੰਤਮਨ ਹੋਰਾਂ ਦੀ ਪਹਿਲੀ ਵਾਈਫ ਜਿਹੜੀ ਹੈ ਐਕਸ ਵਾਈਫ ਹੈ ਉਹ ਵੀ ਸ਼ਾਇਦ ਵਾਪਸ ਆ ਜਾਣ ਤੇ ਇਹ ਘਰ ਜਿਹੜਾ ਦੁਬਾਰਾ ਉਹਨਾਂ ਦਾ ਵੱਸ ਸਕਦਾ ਹੈ ਜਦੋਂ ਉਹਨਾਂ ਦੇ ਬੱਚੇ ਪੰਜਾਬ ਮਿਲਣ ਆਉਂਦੇ ਨੇ ਪਰ ਸ਼ਾਇਦ ਇਸ ਤਰ੍ਹਾਂ ਨਹੀਂ ਹੋ ਸਕਿਆ ਸੋ ਅੱਜ ਜਦੋਂ ਉਹਨਾਂ ਦੇ ਬੱਚੇ ਅਮਰੀਕਾ ਵਾਪਸ ਜਾ ਚੁੱਕੇ ਨੇ ਤੇ ਅਚਾਨਕ ਇਹ ਜਿਹੜੀ ਇੱਕ ਖਬਰ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਤੰਜ ਵੀ ਕਸੇ ਜਾ ਰਹੇ ਹਾਸੋ ਹੀਣਾ ਵੀ ਇਸ ਗੱਲ ਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਰ ਅਸੀਂ ਬੇਨਤੀ ਕਰਦੇ ਹਾਂ ਸੋਸ਼ਲ ਮੀਡੀਆ ਯੂਜ਼ਰਸ ਮਤਲਬ ਕਿ ਸੁਹਿਰਦ ਹੋਣ ਦੀ ਸਾਨੂੰ ਲੋੜ ਵੀ ਹੈ ਕਿਸੇ ਦੀ ਪਰਸਨਲ ਲਾਈਫ ਹੈ ਕਿਸੇ ਦੀ ਪ੍ਰਾਈਵੇਟ ਲਾਈਫ ਹੈ ਉਹ ਕੀ ਕਰਦਾ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਇਹਦੇ ਵੱਲ ਬਹੁਤਾ ਜਿਹੜਾ ਹੈ ਹਾਸੋ ਹੀਣਾ ਟਿੱਪਣੀਆਂ ਜਾਂ ਫਿਰ ਇੰਟਰਫੀਰੈਂਸ ਜਿਹੜਾ ਹੈ ਉਹ ਇੱਕ ਪੜ੍ਹੇ ਲਿਖੇ ਐਜੂਕੇਟਰ ਕੋਈ ਵੀ ਲੋਕ ਹੋਣ ਸੋ ਉਹਨਾਂ ਦੇ ਜਿਹੜਾ ਕਰਨਾ ਬਣਦਾ ਨਹੀਂ ਸੋ ਇਸ ਕਰਕੇ ਹਾਸੋ ਹੇਣੀਆਂ ਟਿੱਪਣੀਆਂ ਤੋਂ ਛੱਡ ਕੇ ਜੇਕਰ ਅਸੀਂ ਮੁਬਾਰਕਾਂ ਦੇ ਸਕਦੇ ਹਾਂ ਕਿਉਂਕਿ ਭਗਵੰਤ ਮਾਨ ਹੋਰੀ ਸੀਐਮ ਨੇ ਪੰਜਾਬ ਦੇ ਇਸ ਵੇਲੇ ਸੋ ਉਹਨਾਂ ਦੀ ਪ੍ਰਾਈਵੇਟ ਲਾਈਫ ਇੱਕ ਨਵੀਂ ਸ਼ੁਰੂ ਜਿਹੜੀ ਉਹ ਕਰਨ ਜਾ ਰਹੇ ਨੇ ਨਵਾਂ ਵਿਆਹ ਕਰਨ ਜਾ ਰਹੇ ਨੇ ਯਾਨੀ ਕਿ ਦੂਸਰਾ ਵਿਆਹ ਕਰਨ ਜਾ ਰਹੇ ਸੋ ਉਹਦੇ ਲਈ ਉਹਨਾਂ ਨੂੰ ਮੁਬਾਰਕਾਂ ਵੀ ਪੇਸ਼ ਕਰਦੇ ਆ ਕੱਲ ਨੂੰ 7 ਜੁਲਾਈ ਨੂੰ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਅ ਭਗਵੰਤਮਾਨ ਹੋਰੀ ਲਾਵਾ ਲੈਣਗੇ ਫਿਰ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨਗੇ ਇੱਥੇ ਗੱਲ ਇੱਕ ਹੋਰ ਜ਼ਿਕਰਯੋਗ ਵੀ ਹੈ 2 ਪੁਆਇੰਟ ਮੈਂ ਇੱਥੇ ਜ਼ਿਕਰ ਹੋਰ ਕਰਨਾ ਚਾਹੁੰਨਾ ਜਿਵੇਂ ਮੈਂ ਗੱਲ ਕਰਨ ਕਰਕੇ ਹਟਿਆ ਕਿ ਉਹਨਾਂ ਦੇ ਬੱਚੇ ਜਦੋਂ ਅਮਰੀਕਾ ਤੋਂ ਵਾਪਸ ਆਉਂਦੇ ਨੇ ਤਾਂ ਉਸ ਵੇਲੇ ਸੋਚਿਆ ਜਾ ਰਿਹਾ ਸੀ ਸਮਝਿਆ ਜਾ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਪਤਨੀ ਵੀ ਵਾਪਸ ਆਵੇਗੀ ਤੇ ਇੱਕ ਵਾਰ ਫਿਰ ਉਹਨਾਂ ਦਾ ਜਿਹੜਾ ਹੈ ਰਿਸ਼ਤਾ ਜਿਹੜਾ ਹੈ ਬਦੇ ਫੁੱਲੇਗਾ ਦੁਬਾਰਾ ਹੋਏਗਾ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ ਇਥੇ ਇੱਕ ਖਬਰਾਂ ਜਿਹੜੀਆਂ ਨੇ ਅੱਜ ਤੋਂ 3 ਸਾਲ ਪਹਿਲਾਂ ਜੇਕਰ ਅਸੀਂ YouTube ਜਾਂ ਫਿਰ ਹੋਰ ਮਾਧਿਅਮਾਂ ਰਾਹੀਂ ਜਾ ਕੇ ਚੈੱਕ ਕਰੀਏ ਤਾਂ ਅੱਜ ਤੋਂ 3 ਸਾਲ ਪਹਿਲਾਂ ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਭਗਵਾਨ ਤੁਮਨ ਹੋਰੀ ਆਪਣੀ ਪਤਨੀ ਨੂੰ ਯਾਨੀ ਕਿ ਐਕਸ ਜਿਹੜੀ ਉਹਨਾਂ ਦੀ ਪਤਨੀ ਹੈ ਉਹਨੂੰ ਮਨਾਉਣ ਦੇ ਲਈ ਅਮਰੀਕਾ ਜਾ ਸਕਦੇ ਨੇ ਜੀ ਹਾਂ ਤੁਸੀਂ ਵੀ ਜਿਹੜਾ ਖੁਦ ਜਾ ਕੇ ਸਰਚ ਕਰ ਸਕਦੇ ਹੋ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ YouTube ਦੇ ਉੱਤੇ 3 ਸਾਲ ਪਹਿਲਾਂ ਦੀਆਂ ਪਈਆਂ ਹੋਈਆਂ ਮਤਲਬ ਕਿ ਸ਼ਾਇਦ ਭਗਵਾਨ ਤੁਮਨ ਹੋਰੀ ਅਖੀਰਲੇ ਸਮੇਂ ਤੱਕ ਕੋਸ਼ਿਸ਼ ਕਰਦੇ ਰਹੇ ਸੀ ਕਿ ਉਹਨਾਂ ਦੀ ਜਿਹੜੀ ਪੁਰਾਣੀ ਪਤਨੀ ਹੈ ਜਿਹੜੀ ਐਕਸ ਵਾਈਫ ਹੈ ਉਹਨਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਦੁਬਾਰਾ ਵਦੇ ਫੁੱਲੇ ਨਰਾਜ਼ਗੀਆਂ ਦੂਰ ਹੋਣ ਤੇ ਉਹ ਆ ਕੇ ਉਸੇ ਘਰ ਦੇ ਵਿੱਚ ਵਾਪਸ ਜਿਹੜਾ ਵਸਣ ਪਰ ਸ਼ਾਇਦ ਇਸ ਤਰ੍ਹਾਂ ਸੰਭਵ ਨਹੀਂ ਹੋ ਸਕੇ ਅੱਜ ਤੋਂ 3 ਸਾਲ ਪਹਿਲਾਂ ਇੱਕ ਖਬਰ ਜਿਹੜੀ ਹੈ ਉਸ ਵੇਲੇ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਕਿ ਭਗਵੰਤਪਾਲ ਹਰੀ ਅਮਰੀਕਾ ਜਾ ਕੇ ਆਪਣੀ ਪਤਨੀ ਨੂੰ ਮਨਾਉਣਗੇ ਤੇ ਜੇਕਰ ਉਹਨਾਂ ਦੇ ਵਿੱਚ ਕੋਈ ਗਲਤੀਆਂ ਹੋਈਆਂ ਤਾਂ ਇਸ ਗੱਲ ਦੀ ਉਹ ਮਾਫੀ ਵੀ ਮੰਗਣਗੇ ਪਰ ਕਿਉਂ ਨਹੀਂ ਸਿਰੇ ਚੜਿਆ ਇਹ ਤਾਂ ਭਗਵੰਤ ਮਾਨ ਹੋਰੀ ਜਾਣਦੇ ਨੇ ਜਾਨੋ ਦੀ ਪਿਛਲੀ ਵਾਈਫ ਜਿਹੜੀ ਹੈ ਉਹ ਇਸ ਗੱਲ ਦੀ ਗੱਲ ਬਾਰੇ ਦੱਸ ਸਕਦੇ ਨੇ ਪਰ ਆਮ ਤੌਰ ਦੇ ਤੇ ਇਹ ਹੁੰਦਾ ਹੈ ਕਿ ਇਹ ਜੋ ਨਿੱਜੀ ਜ਼ਿੰਦਗੀ ਦੇ ਵਿੱਚ ਵਰਤਾਰੇ ਹੁੰਦੇ ਨੇ ਇਹਨਾਂ ਨੂੰ ਜਨਤਕ ਨਹੀਂ ਵੀ ਕੀਤਾ ਜਾਂਦਾ ਤੇ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਨਿੱਜੀ ਜ਼ਿੰਦਗੀ ਅਲੱਗ ਹੁੰਦੀ ਹੈ ਸੋ ਜਿਹੜੀ ਪਬਲਿਕ ਦੌਰ ਦੇ ਉੱਤੇ ਜਿਹੜਾ ਵਿਚਰਨਾ ਹੁੰਦਾ ਉਹ ਚੀਜ਼ਾਂ ਅਲੱਗ ਹੁੰਦੀਆਂ ਨੇ ਇੱਕ ਹੋਰ ਵਰਤਾਰਾ ਜਿਹੜਾ ਹੈ ਭਗਵੰਤ ਮਾਨ ਹੋਰਾਂ ਨੂੰ ਲੈ ਕੇ ਹੋਇਆ ਅੱਜ ਤੋਂ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ 7-8 ਮਹੀਨੇ ਪਹਿਲਾਂ ਇੱਕ ਵਰਤਾਰਾ ਉਸ ਵੇਲੇ ਆਉਂਦਾ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਲਜੀਤ ਕੌਰ ਖਾਲਸਾ ਬਰਨਾਲਾ ਨਾਮ ਦੀ ਆਈਡੀ ਹੈ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਚੱਲਦੀ ਹੈ ਅੱਜ ਵੀ ਚੱਲ ਰਹੀ ਹੈ ਸੋ ਬੀਬੀ ਜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇਹ ਗੱਲ ਦਾ ਜਿਹੜਾ ਹੈ ਐਲੀਗੇਸ਼ਨ ਲਾਉਂਦੇ ਨੇ ਜਾਂ ਇਹ ਕਹਿ ਲਿਏ ਕਿ ਨਸ਼ਰ ਕਰਦੇ ਨੇ ਇਸ ਗੱਲ ਨੂੰ ਕਿ ਭਗਵੰਤ ਮਾਨ ਹੋਰਾਂ ਦੇ ਨਾਲ ਉਹਨਾਂ ਦਾ ਵਿਆਹ ਜਿਹੜਾ ਹੈ ਹੋ ਚੁੱਕਿਆ ਯਾਨੀ ਕਿ ਉਹ ਦੂਸਰੀ ਪਤਨੀ ਹੈ ਭਗਵੰਤ ਮਾਨ ਹੋਰਾਂ ਦੇ ਸਿ ਜਾਂ ਭਗਵੰਤ ਮਾਨ ਹੋਰਾਂ ਦੇ ਉਹ ਪਤੀ ਹੋਣ ਦਾ ਦਾਵਾ ਕਰਦੇ ਨੇ ਕਿ ਉਹਨਾਂ ਦੇ ਉਹ ਪਤੀ ਹੈ ਇੱਥੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਦਾ ਵਿਆਹ ਉਸ ਸਮੇਂ ਹੋਇਆ ਸੀ ਕਿ ਜਦੋਂ ਉਹ ਅੰਮ੍ਰਿਤ ਪਾਣ ਨਹੀਂ ਕੀਤਾ ਹੋਇਆ ਸੀਗਾ ਸੋ ਭਗਵੰਤ ਮਾਨ ਹੋਰਾਂ ਦੇ ਕਹਿਣ ਦੇ ਉੱਤੇ ਜਿਹੜੇ ਬਲਜੀਤ ਕੌਰ ਹੈ ਉਹਨਾਂ ਨੇ ਅੰਮ੍ਰਿਤ ਪਾਣ ਕੀਤਾ ਜੋ ਉਸ ਵੀਡੀਓ ਦੇ ਵਿੱਚ ਕਹਿ ਰਹੇ ਆ ਸੋ ਇਹਨੂੰ ਇੱਕ ਵਾਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੈਬ ਚੈਨਲ ਜਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤਾਂ ਬਣੀ ਪਰ ਜਦੋਂ ਅੱਜ ਜਾ ਕੇ ਅਸੀਂ ਉਹ ਪ੍ਰੋਫਾਈਲ ਚੈੱਕ ਕਰਦੇ ਹਾਂ ਤਾਂ ਉੱਥੇ ਇਸ ਘਟਨਾ ਦੇ ਨਾਲ ਸੰਬੰਧਤ ਯਾਨੀ ਕਿ ਇਹ ਵਰਤਾਰੇ ਦੇ ਨਾਲ ਸੰਬੰਧਤ ਕੋਈ ਵੀ ਪੋਸਟ ਉੱਥੇ ਨਹੀਂ ਹੈ ਉਹ ਆਈਡੀ ਉਸੇ ਤਰ੍ਹਾਂ ਚੱਲ ਰਹੀ ਹੈ ਉਹ ਬੀਬੀ ਬਲਜੀਤ ਕੌਰ ਖਾਲਸਾ ਬਰਨਾਲਾ ਦੇ ਨਾਮ ਦੀ ਆਈਡੀ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਤੇ ਉਹ ਬੀਬੀ ਜੀ ਵੱਖ-ਵੱਖ ਓਕੇਜਨਸ ਜਿਹੜੇ ਨੇ ਉਹ اٹੈਂਡ ਵੀ ਕਰਦੇ ਨੇ ਸੋ ਕਾਫੀ ਮਤਲਬ ਕਿ ਆਪਾਂ ਇਹ ਕਹ ਲਈਏ ਵੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਵੀ ਰਹਿੰਦੇ ਨੇ ਪਰ ਉਹ ਘਟਨਾ ਕਿੰਨੀ ਕੁ ਸੱਚੀ ਸੀ ਕਿਉਂਕਿ ਭਗਵੰਤਪਾਨ ਹੋਰਾਂ ਵੱਲੋਂ ਕੋਈ ਵੀ ਉਹਦੀ ਜਵਾਬ ਦੇਹੀ ਨਹੀਂ ਕੀਤੀ ਗਈ ਯਾਨੀ ਕਿ ਕੋਈ ਵੀ ਇਸ ਤਰ੍ਹਾਂ ਦਾ ਜਵਾਬ ਉਹਦੇ ਪ੍ਰਤੀ ਨਹੀਂ ਦਿੱਤਾ ਗਿਆ ਸੀਗਾ ਬਸ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਜਿਹੜੀ ਹੈ ਚਰਚਾ ਹੋਈ ਸੀ ਤਕਰੀਬਨ ਆਪਾਂ ਇਹ ਕਹਿੰਨੇ ਕਿ ਅੱਜ ਤੋਂ ਸਾਲ ਪਹਿਲਾਂ ਦਾ ਇਹ ਵਰਤਾਰਾ ਹੈਗਾ ਖੈਰ ਅਫਵਾਹਾਂ ਵੀ ਉੱਡਦੀਆਂ ਰਹਦੀਆਂ ਨੇ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਹੈ ਵਰਤਾਰੇ ਆਮ ਤੌਰ ਦੇ ਉੱਤੇ ਦੇਖੇ ਜਾਂਦੇ ਰਹੇ ਆ ਸੋ ਹੁਣ ਮੌਕਾ ਜਦੋਂ ਪੰਜਾਬ ਦੇ ਸੀਐਮ ਮੌਜੂਦਾ ਸੀਐਮ ਭਗਵੰਤਪਾਨ ਹੋਰੀ ਵਿਆਹ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਉਹ ਦੂਸਰਾ ਵਿਆਹ ਕਰਵਾਉਣ ਜਾ ਰਹੇ ਆ ਯਾਨੀ ਕਿ ਕੱਲ ਨੂੰ 7 ਜੁਲਾਈ ਨੂੰ ਚੰਡੀਗੜ੍ਹ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਿਆਹ ਹੋਣਾ ਤੇ ਖਾਸ ਤੌਰ ਦੇ ਉੱਤੇ ਜੋ ਇਸ ਵਿਆਹ ਬਾਰੇ ਜਿਹੜੀਆਂ ਜਾਣਕਾਰੀਆਂ ਆਈਆਂ ਕਿ ਖਾਸ ਬੰਦੇ ਖਾਸ ਮਹਿਮਾਨ ਹੀ ਇਸ ਵਿਆਹ ਨੂੰ ਅਟੈਂਡ ਕਰਨ ਜਾ ਰਹੇ ਨੇ ਮਤਲਬ ਜਨਤਕ ਤੌਰ ਤੇ ਜਾਂ ਫਿਰ ਵੱਡੇ ਪੱਧਰ ਦੇ ਉੱਤੇ ਜਿਹੜਾ ਸੱਦਾ ਪੱਤਰ ਨਹੀਂ ਦਿੱਤਾ ਗਿਆ ਇੱਕ ਸਾਦੇ ਤੌਰ ਦੇ ਉੱਤੇ ਵਿਆਹ ਹੋਏਗਾ ਅਰਵਿੰਦ ਕੇਜਰੀਵਾਲ ਰਾਗਵ ਚੱਡਾ ਹੁਰਿਤਾ ਇਹਦੇ ਵਿੱਚ ਸ਼ਿਰਕਤ ਕਰਨਗੇ ਪਰ ਉਸ ਤੋਂ ਬਾਅਦ 92 ਐਮ ਐਲ ਐਸ ਦੀ ਗੱਲ ਆ ਜਾਂਦੀ ਹੈ ਜਾਂ 117 ਆਪਾਂ ਕਹਿ ਲਈਏ ਕਿ ਜਿਹੜੇ ਕੈਂਡੀਡੇਟਸ ਨੇ ਪੰਜਾਬ ਵੱਲੋਂ ਸੋ ਉਹ ਪਹੁੰਚਣਗੇ ਜਾਂ ਨਹੀਂ ਇਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਸੋ ਉਹਨਾਂ ਦੀ ਪਹਿਲੀ ਵਾਈਫ ਵੱਲੋਂ ਕੋਈ ਇਸ ਦੇ ਉੱਤੇ ਬਿਆਨ ਆਉਂਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੱਲਬਾਤ ਇਸ ਤਰ੍ਹਾਂ ਦੀ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਜਿਹੜੀ ਹੈ ਅਸੀਂ ਸਾਂਝੀ ਕਰਾਂਗੇ ਉਹਨਾਂ ਦੇ ਬੱਚਿਆਂ ਵੱਲੋਂ ਵੀ ਜੇਕਰ ਕੋਈ ਬਿਆਨ ਆਉਂਦਾ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਭਗਵੰਤ ਮਾਨ ਉਹਨਾਂ ਦੇ ਪਰਿਵਾਰ ਦੇ ਲਈ ਖੁਸ਼ੀ ਦਾ ਮੌਕਾ ਹੈ ਸੀ ਮੁਬਾਰਕਾਂ ਪੇਸ਼ ਕਰਦੇ ਹਾਂ ਸੋ ਅੱਜ ਦੀ ਇਹ ਰਿਪੋਰਟ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ